ਸਿਰਫ ਤੁਸੀਂ ਤਾਜ਼ਾ ਦਮ ਹੋ ਜਾਓ, ਹਜ਼ਰਤ ਤਸ਼ਰੀਫ ਲਿਆਏ ਨੇ ਇੰਨੀ ਦੂਰੋਂ ਸਫ਼ਰ ਕਰਕੇ, ਅਸੀਂ ਘਰੋਂ ਉੱਠ ਕੇ ਆਏ ਹਾਂ ਅਤੇ ਇੰਝ ਜਿਵੇਂ ਸਾਡੇ ਅੰਦਰ ਫੌਤਗੀ ਹੋਈ ਹੈ, ਇੰਝ ਬੈਠੇ ਹਾਂ ਅਸੀਂ, ਹੈਂਜੀ, ਅਤੇ ਕੋਈ ਜਾਗ ਕੇ ਬਵੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਮਿਲਾ ਦੇ, ਸਰਕਾਰ ਦਾ ਜਸ਼ਨ ਜਿਹੜਾ ਹੈ ਖੁਸ਼ ਹੋ ਕੇ ਮਨਾਉਣਾ ਚਾਹੀਦਾ, ਹੈਂਜੀ, ਅਤੇ ਤਵੱਜੋ ਨਾਲ ਜ਼ਰਾ ਬੜੀ ਮਿਹਰਬਾਨੀ। ਸ਼ਾਇਰ ਆਂਦੇ ਨੇ, ਤੋੜ ਇਸ ਗੱਲ ਦਾ ਜਨਾਬ ਕੋਈ ਨਾ, ਤੋੜ ਇਸ ਗੱਲ ਦਾ ਜਨਾਬ ਕੋਈ ਨਾ, ਤੋੜ ਇਸ ਗੱਲ ਦਾ ਜਨਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ, ਮਾਸ਼ਾਅੱਲਾ ਮਾਸ਼ਾਅੱਲਾ ਮੁਹੱਬਤ ਨਾਲ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਨਾ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ। ਹਾਲੇ ਸਾਰੇ ਨਹੀਂ ਬੋਲੇ, ਮੈਂ ਇਸ ਸੋਨੇ ਦੇ ਪਾਣੀ ਨਾਲ ਲਿਖ ਕੇ ਦੇਣ ਵਾਸਤੇ ਤਿਆਰ ਹਾਂ। ਜਿੰਨੇ ਅਸੀਂ ਸਾਰੇ ਬੈਠੇ, ਸਾਰਿਆਂ ਦਾ ਇਹੀ ਹੀ ਅਕੀਦਾ ਹੈ। ਮੈਂ ਚਾਹੁੰਦਾ ਕਿ ਜਿੱਥੇ ਮੈਂ ਸਰਕਾਰ ਦਾ ਸੁਨਾਖਨ ਬਣਿਆ, ਤੁਸੀਂ ਵੀ ਬਣ ਜਾਓ, ਤੁਹਾਡਾ ਨਾਮ ਹੀ ਪੜ੍ਹਨ ਵਾਲਿਆਂ 'ਚ ਆ ਜਾਏ। ਮੁਹੱਬਤ ਨਾਲ ਜ਼ਰਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ। ਡਿੱਠੇ ਵਰਕ ਕੁਰਾਨ ਦੇ ਫੋਲ ਸਾਰੇ, ਡਿੱਠੇ ਵਰਕ ਕੁਰਾਨ ਦੇ ਫੋਲ ਸਾਰੇ, ਤੇਰੀ ਸ਼ਾਨ ਜਿਹਾ ਨਹੀਂ ਕੋਈ ਹੋਰ ਡਿੱਠਾ, ਤੇਰੀ ਸ਼ਾਨ 'ਚ ਕਰੇ ਤਨਕੀਦ ਜਿਹੜਾ, ਉਹਨੂੰ ਆਸ਼ਕਾਂ ਅਜ਼ਲੀ ਚੋਰ ਡਿੱਠਾ। ਕੋਈ ਨੂਰ ਆਖੇ ਕੋਈ ਬਸ਼ਰ ਆਖੇ, ਪੈਂਦਾ ਦਿਨੇ ਰਾਤੀ ਇਹੋ ਸ਼ੋਰ ਡਿੱਠਾ, ਅੱਲਾ ਵਾਲਿਆਂ ਗੱਲ ਮੁਕਾ ਛੱਡੀ, ਤੁਸਾਂ ਹੋਰ ਡਿੱਠਾ ਅਸਾਂ ਹੋਰ ਡਿੱਠਾ, ਆਖੋ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਨਾ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ, ਬੋਲੋ ਬੋਲੋ ਉੱਚੀ ਬੋਲੋ ਜ਼ਰਾ ਮਿਹਰਬਾਨੀ, ਆਮਿਨਾ ਦੇ ਲਾਲ ਦਾ। ਮਾਸ਼ਾਅੱਲਾ, ਮਜ਼ਹਰ ਅੱਲਾ ਦੇ ਨੂਰ ਦਾ ਨਬੀ ਮੇਰਾ, ਸੋਹਣਾ ਆਪ ਸਰਕਾਰ ਤੋਂ ਵੱਧ ਕੋਈ ਨਹੀਂ, ਕਸਮ ਰੱਬ ਦੀ ਮੇਰੇ ਹਜ਼ੂਰ ਵਰਗੀ, ਕਿਸੇ ਨਬੀ ਦੀ ਆਲ ਤੇ ਜਦ ਕੋਈ ਨਹੀਂ, ਤੇ ਜਿਹੜਾ ਉਸ ਬੇਐਬ ਚੋਂ ਐਬ ਲੱਭੇ, ਉਹਦੇ ਨਾਲ ਦਾ ਹੋਰ ਮੁਰਤਦ ਕੋਈ ਨਹੀਂ, ਅਜਮਲ ਹਰ ਸ਼ੈ ਦੀ ਹੁੰਦੀ ਹੱਦ ਕੋਈ, ਮੇਰੇ ਆਕਾ ਦੀ ਸ਼ਾਨ ਦੀ ਹੱਦ ਕੋਈ ਨਹੀਂ, ਆਖੋ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਨਾ ਨਾ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, ਆਮਿਨਾ ਦੇ ਲਾਲ ਦਾ ਜਵਾਬ। ਸੁਭਾਨ ਅੱਲਾ, ਮੁਹੱਬਤ ਨਾਲ, ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ, 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 ਆਮਿਨਾ ਦੇ ਲਾਲ ਦਾ ਜਵਾਬ। ਕਮਲੀ ਵਾਲਿਆਂ ਨਬੀਆਂ ਦੀ ਸਫ਼ਰ,
ਕਦਰ ਜਿਵੇਂ ਤੂੰ ਸਜਿਆ ਕੋਈ ਸਜਿਆਈ ਨਹੀਂ ਕਮਲੀ ਵਾਲਿਆ ਨਬੀਆਂ ਦੀ ਸਫ ਅੰਦਰ ਜਿਵੇਂ ਤੂੰ ਸਜਿਆ ਕੋਈ ਸਜਿਆਈ ਨਹੀਂ ਤੇਰੇ ਉੱਤੇ ਦਰੂਦੋ ਸਲਾਮ ਪੜਦਾ ਤੇਰਾ ਕੋਈ ਆਸ਼ਿਕ ਅਜੇ ਰਜਿਆਈ ਨਹੀਂ ਤੇਰੇ ਵਾਂਗ ਮਦੀਨੇ ਦਿਆ ਤਾਜਦਾਰਾ ਪਰਦਾ ਕਿਸੇ ਮਸਕੀਨਾਂ ਦਾ ਕਜਿਆਈ ਨਹੀਂ ਸਾਰੇ ਨਬੀ ਸਰਦਾਰ ਤਸਲੀਮ ਕਰ ਗਏ ਡੰਕਾ ਇੰਜ ਤੇ ਕਿਸੇ ਦਾ ਵਜਿਆ ਹੀ ਨਹੀਂ ਆਖੋ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ 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 ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਵੇਖ ਕੇ ਹਜ਼ੂਰ ਨੂੰ ਬੋਲੀ ਸਾਦੀਆ ਵੇਖ ਕੇ ਹਜ਼ੂਰ ਨੂੰ ਬੋਲੀ ਸਾਦੀਆ ਵੇਖ ਕੇ ਹਜ਼ੂਰ ਨੂੰ ਬੋਲੀ ਸਾਦੀਆ ਆਇਆ ਇੰਜ ਕਿਸੇ ਤੇ ਸ਼ਬਾਬ ਕੋਈ ਨਾ ਆਇਆ ਇੰਜ ਕਿਸੇ ਤੇ ਸ਼ਬਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਸਦਕੇ ਹਜ਼ੂਰ ਨੂੰ ਕੋਲ ਆਪਣੇ ਸਦਕੇ ਹਜ਼ੂਰ ਨੂੰ ਕੋਲ ਆਪਣੇ ਕਿਹਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਕਿਹਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ 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 ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਆਖੋ ਮੁਹੱਬਤ ਨਾਲ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਸਦਕੇ ਹਬੀਬ ਨੂੰ ਕੋਲ ਆਪਣੇ ਕਿਹਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਮੁਹੱਬਤ ਨਾਲ ਸਮਾਧ ਫਰਮਾਓ ਬੜੀ ਖੂਬਸੂਰਤ ਰੁਬਾਈ ਹੈ ਪਹਿਲੇ ਸਾਰੇ ਆਖੋ ਜ਼ਰਾ ਸੁਬਹਾਨ ਅੱਲਾਹ ਇੰਝ ਨਹੀਂ ਜ਼ਿੰਦੇ ਜ਼ਹਿਰ ਜ਼ਿੰਦਾ ਬੈਠੇ ਨੇ ਉਹ ਆਖਣ ਜ਼ਰਾ ਸੁਬਹਾਨ ਅੱਲਾਹ ਮਾਸ਼ਾ ਅੱਲਾਹ ਅੱਲਾਹ ਤੁਹਾਡਾ ਜ਼ੌਕ ਸਲਾਮਤ ਰੱਖੇ ਸਦਕੇ ਹਬੀਬ ਨੂੰ ਕੋਲ ਆਪਣੇ ਕਿਹਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਸ਼ਾਇਰ ਆਂਦੇ ਨੇ ਉੱਡਿਆ ਜਦੋਂ ਬੁਰਾਕ ਪਹਾੜ ਸਮਝੇ ਉੱਡਿਆ ਜਦੋਂ ਬੁਰਾਕ ਪਹਾੜ ਸਮਝੇ ਇਹਦੀ ਆਖਰੀ ਹੱਦ ਕੋਹੇ ਤੂਰ ਹੋ ਸੀ ਇੱਥੇ ਆ ਜਾਓ ਮਾਸ਼ਾ ਸਾਰਾ ਕਾਫਲਾ ਇੱਥੇ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਮਾਸ਼ਾ ਅੱਲਾਹ ਆ ਜਾਓ ਮੇਰੇ ਮੱਲੇ ਵਾਲੇ ਤਾਂ ਨਹੀਂ ਮੰਨ ਰਹੇ ਤੁਸੀਂ ਤਾਂ ਮੰਨੋ ਮਾਸ਼ਾ ਅੱਲਾਹ ਇੱਥੇ ਆ ਜਾਓ ਮਾਸ਼ਾ ਅੱਲਾਹ ਮਾਸ਼ਾ ਇੱਥੇ ਮਾਸ਼ਾ ਅੱਲਾਹ ਤਸ਼ਰੀਫ ਰੱਖੋ ਮੁਹੱਬਤ ਨਾਲ ਕਹੋ ਤੁਹਾਡਾ ਸੁਬਹਾਨ ਅੱਲਾਹ ਹਿੱਲੋ ਯਾਰ ਸ਼ਫੀਕ ਸਾਹਿਬ ਕੀ ਤੁਹਾਨੂੰ ਯਾਰ ਅੱਗੇ ਆਓ ਰਫੀਕ ਸਾਹਿਬ ਤੁਸੀਂ ਵੀ ਆਓ ਆਓ ਨਾ ਯਾਰ ਹਿੱਲੋ ਹਿੱਲੋ ਥੋੜ੍ਹੇ ਜਿਹੇ ਭਾਵੇਂ ਕਿਸੀ ਕਰਕੇ ਆ ਜਾਓ ਆਓ ਤਾਂ ਸਹੀ ਅੱਗੇ ਮਾਸ਼ਾ ਅੱਲਾਹ ਤਾਰਕ ਸਾਹਿਬ ਅੱਗੇ ਆ ਜਾਓ ਮਾਸ਼ਾ ਅੱਲਾਹ ਮਾਸ਼ਾ ਅੱਲਾਹ ਆ ਜਾਓ ਰਫੀਕ ਸਾਹਿਬ ਉੱਠ ਕੇ ਆਓ ਨਾ ਇੱਥੋਂ ਇੱਥੇ ਅੱਗੇ ਆਓ ਉੱਠ ਕੇ ਇਹ ਤੁਹਾਡੀ ਖੈਰ ਹੋ ਜੇ ਮਾਸ਼ਾ ਅੱਲਾਹ ਅੱਲਾਹ ਸੁਲ ਤੁਹਾਨੂੰ ਬਰਕਤ ਨਸੀਬ ਫਰਮਾਏ ਮੌਲਾਨਾ ਤੁਸੀਂ ਵੀ ਅੱਗੇ ਹੋ ਜਾਓ ਜ਼ਫਰ ਸਾਹਿਬ ਹੋਰ ਨੇੜੇ ਹੋ ਜਾਣ ਮਾਸ਼ਾ ਅੱਲਾਹ ਜਿੰਨਾ ਬਜ਼ੁਰਗਾਂ ਦੇ ਨੇੜੇ ਹੋਵੋਗੇ ਚੰਗੇ ਰਹੋਗੇ ਅੱਲਾਹੁ ਅਕਬਰ ਕਬੀਰਾ ਮੁਹੱਬਤ ਨਾਲ ਕਹੋ ਜ਼ਰਾ ਸੁਬਹਾਨ ਅੱਲਾਹ
ਸਾਰੇ ਕਹਿ ਲਓ ਇੱਕ ਮਰਤਬਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਸਦਕੇ ਹਬੀਬ ਨੂੰ ਕੋਲ ਆਪਣੇ ਯਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਯਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਯਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਉੱਡਿਆ ਜਦੋਂ ਬੁਰਾਕ ਪਹਾੜ ਸਮਝੇ ਇਹਦੀ ਆਖਰੀ ਹੱਦ ਕੋਹੇ ਤੂਰ ਹੋ ਸੀ ਜਦੋਂ ਯਾਰ ਫਲਕ ਨੂੰ ਚੀਰ ਟੁਰਿਆ ਕਈਆਂ ਸਮਝਿਆ ਇਹ ਕੋਈ ਨੂਰ ਹੋ ਸੀ ਜਦੋਂ ਸਿਦਰਾ ਤੇ ਨੂਰ ਨੇ ਹੱਥ ਜੋੜੇ ਕਈਆਂ ਸਮਝਿਆ ਹੁਣ ਮਜਬੂਰ ਹੋ ਸੀ ਸਦਕੇ ਜਾਵਾ ਸਰਦਾਰ ਉਸ ਪੁੱਛਿਆ ਹੀ ਨਹੀਂ ਅਰਸ਼ੇ ਆਜ਼ਮ ਇਥੋਂ ਕਿੰਨਾ ਦੂਰ ਹੋ ਸੀ ਸਦਕੇ ਹਬੀਬ ਨੂੰ ਕੋਲ ਆਪਣੇ ਕਿਆ ਰੱਬ ਤੇਰੇ ਤੋਂ ਹਿਜਾਬ ਕੋਈ ਨਾ 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 ਯਾ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਮੇਰਾਜ ਸਿਰਾਜ ਮੁਹੱਬਤਾਂ ਦਾ ਨਹੀਂ ਸੀ ਕਿਸੇ ਦੀ ਸਮਝ ਵਿੱਚ ਆਉਣ ਵਾਲਾ ਸਦਿਆ ਤਾਲਬ ਤੇ ਗਿਆ ਮਤਲੂਬ ਆਪੇ ਜਬਰਾਇਲ ਸੀ ਸੱਦ ਲੈ ਜਾਣ ਵਾਲਾ ਬਾਜ਼ੇ ਆਖ ਦੇ ਬਿਨਾ ਦਰਵਾਜ਼ਿਆਂ ਦੇ ਕਿਵੇਂ ਗਿਆ ਸੀ ਅਰਸ਼ ਤੇ ਜਾਣ ਵਾਲਾ ਅਬਰ ਅਕਲ ਦਾ ਇੱਥੇ ਦਖਲ ਕੋਈ ਨਹੀਂ ਜਾਣੇ ਜਾਣ ਵਾਲਾ ਯਾ ਲੈ ਜਾਣ ਵਾਲਾ ਕਿਆ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਕਿਆ ਰੱਬ ਤੇਰੇ ਤੋਂ ਹਿਜਾਬ ਕੋਈ ਨਾ ਆਖੋ ਆਮਿਨਾ ਦੇ ਲਾਲ ਦਾ ਜਵਾਬ ਕੋਈ ਨਾ ਮੰਗੋ ਜੇ ਹਜ਼ੂਰ ਕੋਲੋਂ ਸੌ ਰੱਬ ਦੀ ਮੰਗੋ ਜੇ ਹਜ਼ੂਰ ਕੋਲੋਂ ਸੌ ਰੱਬ ਦੀ ਮੰਗੋ ਜੇ ਹਜ਼ੂਰ ਕੋਲੋਂ ਸੌ ਰੱਬ ਦੀ ਇਨਾ ਮਿਲਦਾ ਏ ਕੇ ਹਿਸਾਬ ਕੋਈ ਨਾ ਇਨਾ ਮਿਲਦਾ ਏ ਕੇ ਹਿਸਾਬ ਕੋਈ ਨਾ ਕੋਈ ਨਾ ਮਿਲਦਾ ਏ ਕੇ ਹਿਸਾਬ ਕੋਈ ਨਾ ਇਨਾ ਮਿਲਦਾ ਏ ਕੇ ਹਿਸਾਬ ਕੋਈ ਨਾ ਮੇਰੇ ਨਬੀ ਨੂੰ ਰੱਬ ਨੇ ਸ਼ਾਨ ਬਖਸ਼ੀ ਰੁੱਖ ਨਾਲ ਇਸ਼ਾਰੇ ਤੋਰ ਦਿੰਦਾ ਬੇਪਰਾਂ ਨੂੰ ਸੋਹਣਾ ਪਰ ਦਿੰਦਾ ਬੇਜ਼ੋਰਾਂ ਨੂੰ ਸੋਹਣਾ ਜ਼ੋਰ ਦਿੰਦਾ ਮੋਸਣ ਜਦੋਂ ਵੀ ਮੰਗਿਆ ਨਬੀ ਕੋਲੋਂ ਮੇਰੇ ਨਬੀ ਮੈਨੂੰ ਫਿਲਫੋਰ ਦਿੰਦਾ ਸਦਕੇ ਜਾਵਾ ਮਦੀਨੇ ਦੇ ਸ਼ਹਿਨਸ਼ਾਹ ਤੋਂ
पहले मुकदे नहीं अगोर दे दे मंगो जे हुजूर कोलो सो रब दी एना मिल दाए के हिसाब कोई ना आमिना दे लाल दा जवाब कोई ना शायरी ते कर देने बड़े बड़े नूरी पर नाते नबी जे आ इल्तिखाब कोई ना आमिना दे लाल दा जवाब कोई ना आखर ते हुज़ूर गौसे पाक रदिलातों दी मनकबत मोहब्बत ना सारे शामिल हो जाओ फिर इंशाल्लाह तकरीर सुन दी सआदत हासिल करने मोहब्बत नाल खुदा के।